ਦੋਸਤੋ, ਪੰਜਾਬ ਸਕਾਲਰਸ਼ਿਪ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ, ਜਿਨ੍ਹਾਂ ਸਟੂਡੈਂਟਾਂ ਨੇ ਆਪਣਾ ਸਕਾਲਰਸ਼ਿਪ ਅਪਲਾਈ ਕਰ ਲਿਆ ਹੈ, ਜਿਨ੍ਹਾਂ ਨੇ ਫਾਈਨਲ ਸਬਮਿਟ ਕਰ ਦਿੱਤਾ ਹੈ, ਉਹਨਾਂ ਨੇ ਹੁਣ ਆਪਣੇ ਇੰਸਟੀਟਿਊਟ ਦੇ ਵਿੱਚ ਜਾ ਕੇ ਕਿਹੜੇ ਕਿਹੜੇ ਫਾਰਮ ਜਮ੍ਹਾਂ ਕਰਾਉਣੇ ਹਨ, ਉਹ ਤੁਹਾਨੂੰ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ। ਜਿਨ੍ਹਾਂ ਨੇ ਅਜੇ ਤੱਕ ਆਪਣਾ ਸਕਾਲਰਸ਼ਿਪ ਅਪਲਾਈ ਨਹੀਂ ਕੀਤਾ, ਜਿਹੜੀ ਤੁਸੀਂ ਹੁਣ ਇਹ ਵੀਡੀਓ ਵਾਚ ਕਰ ਰਹੇ ਹੋ, ਇਸ ਦੇ ਨੀਚੇ ਤੁਹਾਨੂੰ ਸਾਰੀਆਂ ਵੀਡੀਓ ਤਿੰਨ ਮਿਲ ਜਾਣਗੀਆਂ। ਪਹਿਲਾ OTR ਰਜਿਸਟ੍ਰੇਸ਼ਨ, ਦੂਸਰਾ ਤੁਹਾਡਾ ਫਰੀਸ਼ਿਪ ਕਾਰਡ, ਇਸ ਤੋਂ ਬਾਅਦ ਤੁਹਾਡਾ ਫਾਈਨਲ ਫਾਰਮ ਅਪਲਾਈ। ਇਹ ਤਿੰਨ ਵੀਡੀਓ ਰਾਹੀਂ ਤੁਸੀਂ ਆਪਣੇ ਸਕਾਲਰਸ਼ਿਪ ਨੂੰ ਅਪਲਾਈ ਕਰ ਲਓਗੇ ਅਤੇ ਦੋਸਤੋ ਆਪਣੇ ਫਾਰਮ ਨੂੰ ਸਬਮਿਟ ਕਰ ਦਿਓਗੇ। ਇਸ ਤੋਂ ਬਾਅਦ ਦੋਸਤੋ ਤੁਸੀਂ ਜਿਹੜੇ ਮੈਂ ਹੁਣ ਫਾਰਮ ਦੱਸਣ ਜਾ ਰਿਹਾ ਹਾਂ, ਇਹ ਤੁਸੀਂ ਆਪਣੇ ਇੰਸਟੀਟਿਊਟ ਦੇ ਵਿੱਚ ਜਮ੍ਹਾਂ ਕਰਾ ਦਿਓਗੇ। ਸੈਕਿੰਡ ਈਅਰ, ਥਰਡ ਈਅਰ ਵਾਲੇ ਅਜੇ ਵੇਟ ਕਰਨਗੇ, ਉਹਨਾਂ ਨੇ ਅਜੇ ਫਾਰਮ ਨੂੰ ਰਿਨੇਵਲ ਨਹੀਂ ਕਰਨਾ। ਜਦੋਂ ਦੋਸਤੋ ਤੁਹਾਡਾ ਆਪਸ਼ਨ ਆਏਗਾ, ਉਸ ਤੋਂ ਬਾਅਦ ਹੀ ਤੁਸੀਂ ਰਿਨੇਵਲ ਕਰੋਗੇ। ਨਾ ਹੀ ਤੁਸੀਂ ਹੁਣ ਆਪਣੇ ਫਰੀਸ਼ਿਪ ਕਾਰਡ ਨਾਲ ਕੋਈ ਛੇੜਖਾਨੀ ਕਰਨੀ ਹੈ, ਨਾ ਹੀ ਦੋਸਤੋ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ। ਤੁਸੀਂ ਸਿਰਫ ਵੇਟ ਕਰਨਾ ਹੈ ਜਦੋਂ ਤੱਕ ਦੋਸਤੋ ਤੁਹਾਡਾ ਰਿਨੇਵਲ ਦਾ ਆਪਸ਼ਨ ਨਹੀਂ ਆ ਜਾਂਦਾ। ਤਾਂ ਦੋਸਤੋ ਇੱਕੋ ਤੁਹਾਡਾ ਰਿਨੇਵਲ ਦੇ ਵਿੱਚ ਆਪਸ਼ਨ ਆਏਗਾ, ਤੁਸੀਂ ਸਿਰਫ ਇੱਕ ਆਪਸ਼ਨ ਚੂਜ਼ ਕਰਨੀ ਹੋਵੇਗੀ, ਜਿਹੜੀ ਕਿ ਤੁਹਾਡੀ ਕਰੰਟ ਦੇ ਵਿੱਚ ਹੁਣ ਤੁਹਾਡੀ ਜਿਹੜੀ ਕਲਾਸ ਹੈ ਉਹ ਤੁਸੀਂ ਫਿਲ ਕਰਨੀ ਹੋਵੇਗੀ। ਜਿੱਦਾਂ ਤੁਸੀਂ ਸੈਕਿੰਡ ਈਅਰ ਦੇ ਵਿੱਚ ਹੋ, ਸੈਕਿੰਡ ਈਅਰ ਲਿਖ ਦੇਣਾ ਹੈ, ਥਰਡ ਈਅਰ ਵਿੱਚ ਹੋ, ਥਰਡ ਈਅਰ ਲਿਖ ਦੇਣਾ ਹੈ, ਯਾਨੀ ਕਿ ਇੱਕ ਆਪਸ਼ਨ ਆਏਗੀ ਰਿਨੇਵਲ ਦੇ ਵਾਸਤੇ, ਉਹ ਤੁਸੀਂ ਕਰਨਾ ਹੈ। ਤਾਂ ਦੋਸਤੋ ਜਿਹੜੇ ਜਿਹੜੇ ਤੁਸੀਂ ਫਾਰਮ ਲੈ ਕੇ ਜਾਓਗੇ ਉਹ ਮੈਂ ਤੁਹਾਨੂੰ ਦੱਸ ਦੇਣਾ ਹਾਂ। ਪਹਿਲਾਂ ਦੋਸਤੋ ਤੁਹਾਨੂੰ ਮੈਂ ਦੱਸ ਦੇਵਾਂ ਜਿਹੜੇ ਫਾਰਮ ਹਨ। ਇੱਕ ਤਾਂ ਤੁਹਾਡਾ ਸਕਾਲਰਸ਼ਿਪ ਦਾ ਫਾਰਮ, ਜਿਹੜਾ ਕਿ ਦੋਸਤੋ ਤੁਹਾਡਾ ਪ੍ਰਿੰਟ ਆਊਟ ਨਿਕਲੇਗਾ, ਉਹ ਤੁਸੀਂ ਲੈ ਕੇ ਜਾਓਗੇ। ਦੂਸਰਾ ਫਰੀਸ਼ਿਪ ਕਾਰਡ ਲੈ ਕੇ ਜਾਓਗੇ। ਤੀਸਰਾ ਅੰਡਰਟੇਕਿੰਗ, ਜੋ ਫਾਰਮ ਆਪਾਂ ਭਰਿਆ ਸੀਗਾ ਉਹ ਤੁਸੀਂ ਲੈ ਕੇ ਜਾਓਗੇ, ਜਿਹੜਾ ਆਪਾਂ ਅਪਲੋਡ ਕੀਤਾ ਸੀਗਾ ਉਹ ਵਾਲਾ। ਉਸ ਤੋਂ ਬਾਅਦ 10ਵੀਂ ਦੀ ਕਾਪੀ, ਜੇਕਰ ਤੁਸੀਂ BA ਦੇ ਵਿੱਚ ਹੋ ਤਾਂ, ਯਾਨੀ ਕਿ ਡਿਗਰੀਆਂ ਦੇ ਵਿੱਚ ਹੋ ਤਾਂ ਫਿਰ ਇਹ ਤੁਸੀਂ ਲੈ ਕੇ ਜਾਓਗੇ। 12ਵੀਂ ਦੀ ਫੋਟੋ ਕਾਪੀ, ਯਾਨੀ ਕਿ 12ਵੀਂ ਕਲਾਸ ਦੇ DMC ਦੀ ਫੋਟੋ ਕਾਪੀ। ਉਸ ਤੋਂ ਬਾਅਦ ਤੁਹਾਡਾ ਪਿਛਲੀ ਕਲਾਸ ਦਾ ਜਿਹੜੀ ਕਿ ਕਾਪੀ ਹੋਵੇਗੀ, ਆਧਾਰ ਕਾਰਡ, ਪਿਛਲੀ ਕਲਾਸ ਉਹੀ ਜਿਹੜੀ ਦੋਸਤੋ ਤੁਸੀਂ ਪਾਸ ਕਰਕੇ ਗਏ ਹੋ, ਇੱਕ ਆਧਾਰ ਕਾਰਡ ਦੀ ਫੋਟੋ ਕਾਪੀ, ਪਿਤਾ ਦੇ ਆਧਾਰ ਕਾਰਡ ਦੀ ਫੋਟੋ ਕਾਪੀ, ਮਾਤਾ ਦੇ ਆਧਾਰ ਦੀ ਜਿਹੜੀ ਕਿ ਫੋਟੋ ਕਾਪੀ। ਉਸ ਤੋਂ ਬਾਅਦ ਤੁਹਾਡਾ ਅਸਲ ਆਮਦਨ ਸਰਟੀਫਿਕੇਟ ਲੈ ਕੇ ਜਾਓਗੇ, ਅਤੇ ਇਹਦੀ ਨਾਲ ਤੁਸੀਂ ਇੱਕ ਫੋਟੋ ਕਾਪੀ ਲੈ ਕੇ ਜਾਓਗੇ। ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, ਵਿਦਿਆਰਥੀ ਦਾ ਆਪਣਾ ਹੋਵੇ ਜਾਤੀ ਸਰਟੀਫਿਕੇਟ। ਉਸ ਤੋਂ ਬਾਅਦ ਤੁਹਾਡਾ ਬੈਂਕ ਖਾਤਾ, ਜੋ ਕਿ ਦੋਸਤੋ ਆਧਾਰ ਦੇ ਨਾਲ ਲਿੰਕ ਹੋਵੇ, ਉਹ ਤੁਸੀਂ ਫੋਟੋ ਕਾਪੀ ਲੈ ਕੇ ਜਾਓਗੇ। ਬੈਂਕ ਦਾ IFSC ਕੋਡ, ਜੋ ਕਿ ਤੁਹਾਡਾ ਅਪਡੇਟ ਕੀਤਾ ਹੋਵੇ, ਉਹ ਤੁਸੀਂ ਦੱਸਣਾ ਹੈ। ਦਾਖਲੇ ਸਮੇਂ ਭਰੀ ਫੀਸ, ਉਸਦੀ ਰਸੀਦ ਤੁਸੀਂ ਲੈ ਕੇ ਜਾਓਗੇ। ਉਸ ਤੋਂ ਬਾਅਦ ਤੁਹਾਡਾ 2 ਪਾਸਪੋਰਟ ਸਾਈਜ਼ ਫੋਟੋ ਵੀ, ਵਿਦਿਆਰਥੀ ਆਪਣੇ ਫਾਰਮ ਤੇ ਦਸਤਾਵੇਜ਼ ਖੁਦ ਜਿਹੜੇ ਕਿ ਸੈਲਫ ਟੈਸਟਡ ਕਰਕੇ ਲਿਜਾਣਗੇ। ਤੇ ਇਹ ਦੋਸਤੋ ਤੁਸੀਂ ਆਪਣੇ ਫਾਰਮ ਦੀਆਂ 2-2 ਕਾਪੀਆਂ ਜਿਹੜੀਆਂ ਕਿ ਦੋਸਤੋ ਤੁਸੀਂ ਨਾਲ ਲੈ ਕੇ ਜਾਓਗੇ ਤੇ ਨੱਥੀ ਕਰੋਗੇ, ਜਿਹੜੀ ਤੁਹਾਨੂੰ ਮੈਂ ਦੱਸ ਦਿੱਤੀਆਂ ਨੇ। ਇਹ ਤੁਸੀਂ ਇੱਧਰ ਸਕਰੀਨ ਤੇ ਵੀ ਦੇਖ ਰਹੇ ਹੋਗੇ, ਇੱਧਰ ਵੀ ਤੁਹਾਨੂੰ ਪਤਾ ਲੱਗ ਜਾਵੇਗਾ। ਦੋਸਤੋ ਜਿੰਨੇ ਵੀ ਇਹ ਤੁਹਾਡੇ ਫਾਰਮ ਹਨ, ਇਹਨਾਂ ਫਾਰਮ ਦੀਆਂ ਤੁਸੀਂ 2-2 ਕਾਪੀਆਂ, ਜਿਹੜੇ ਤੁਹਾਡੇ ਸਕਾਲਰਸ਼ਿਪ ਦਾ ਕੰਮ ਕਰਦੇ ਹਨ ਜਿੱਦਾਂ ਕਲਰਕ ਹੋ ਗਏ, ਉਹਨਾਂ ਨੂੰ ਤੁਸੀਂ ਇਹ ਡਾਕੂਮੈਂਟ ਜਮ੍ਹਾਂ ਕਰਾ ਦੋਗੇ ਤੇ ਦੋਸਤੋ ਤੁਹਾਡਾ ਸਕਾਲਰਸ਼ਿਪ ਆ ਜਾਏਗਾ। ਇਸ ਤੋਂ ਇਲਾਵਾ ਕੋਈ ਤੁਹਾਡਾ ਹੋਰ ਕਮੈਂਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ। ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ। ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰਕੇ ਜਾਣਾ, ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰ ਲਿਓ, ਇਦਾਂ ਦੀ ਤੁਹਾਨੂੰ ਨਵੀਂ ਨਵੀਂ ਅਪਡੇਟ ਮਿਲਦੀ ਰਿਹਾ ਕਰੇਗੀ। ਜੈ ਹਿੰਦ ਦੋਸਤੋ।